ਥੋੜਾ ਜਿਆ ਕਦੀ ਕਦਾ ਰਹਿ ਲੱਗਦਾ ਵੀ ਸਾਡੀ ਕਮਿਊਨਿਟੀ ਇਹ ਮਤਲਬ ਕਹਿਣਾ ਨਹੀਂ ਚਾਹੀਦਾ ਆਪਾਂ ਸਰਦਾਰ ਬੰਦੇ ਆ ਪੱਗ ਬੰਨੀ ਆ ਉਹ ਉਹੀ ਹਲੇ ਤੱਕ ਕਿੰਨੇ ਸਾਲ ਹੋ ਗਏ ਉਹੀ ਉਹ ਜੱਟ ਹੈ ਇਹ ਰਾਮਗੜੀਆ ਹੈ ਇਹ ਪਾਪਾ ਹੈਗਾ ਇਹ ਲੁਬਾਣਾ ਇਹ ਮਜਬੀ ਇਹ ਕਲੇਸ਼ ਖਤਮ ਨਹੀਂ ਹੁੰਦਾ ਫਿਰ ਇਹ ਮਾਜੇ ਦਾ ਜਿਵੇਂ ਆਈ ਏਮ ਫਰੋਂ ਗੁਰਦਾਸਪੁਰ ਤੇ ਅਸੀਂ ਮਾਜੇ ਦੇ ਹੋ ਗਏ ਪਰ ਵਾਟ ਵਾਟ ਡਿਫਰੈਂਟ ਐ ਜਿਸਨੇ ਮੈਂ ਜਦੋਂ ਇੰਗਲਿਸ਼ ਚ ਕਾਮੇਡੀ ਕੀਤੀ ਸਟਾਰਟ ਤੇ ਮੈਨੂੰ ਗੋਰੇ ਕਹਿੰਦੇ ਵੀ are uh, you going to change your name i said what should i do with my name my, my name is amazing like hermit singh kohli he said like you can shorten your name i said what should i do with my name they said like you can edit singh i said no mere waste singh bahut important hai show karda si ga ka english da te mere kol do south indian munde aa gaye oh mainu edda jaande si kenda you are the people who who believe in free food and free kitchen kinni vaddi seva nu keh rahe si langar seva jehde free food and free kitchen ਕਿੰਨੀ ਵੱਡੀ ਗੱਲ ਹੈ ਕਿੰਨੀ ਮਾਣ ਦੀ ਗੱਲ ਹੈ ਮੇਰੇ ਲਈ ਹੈ ਨਾ ਤੇ ਕਹਿੰਦੇ ਆਈ نو ਯੂ ਆਰ ਫਰਮ ਇੰਡੀਆ ਕਹਿੰਦਾ ਭਾਜੀ ਵੀ ਵੀ ਲਵ ਯੂ ਵੀ ਆਰ ਪ੍ਰਾਊਡ ਆਫ ਯੂ ਬਿਕੋਜ਼ ਤੁਹਾਡੇ ਕਰਕੇ ਸਾਰੇ ਇੰਡੀਆ ਦਾ ਨਾਮ ਰੌਸ਼ਨ ਹੋ ਰਿਹਾ ਤੇ ਉਸੇ ਜਗ੍ਹਾ ਇੱਕ ਪੰਜਾਬੀ ਬੰਦਾ ਸੀਗਾ ਉਹ ਕਹਿੰਦਾ ਯਾਰ ਤੂੰ ਤਾਂ ਮਤਲਬ ਖੱਤਰੀ ਆ ਜਾਂ ਤੂੰ ਕੀ ਮਤਲਬ ਤੁਸੀਂ ਦਿੱਲੀ ਦੇ ਹੈਗੇ ਹੋ ਜਾਂ ਕਿੱਥੋਂ ਹੈਗੇ ਹੋ ਇਹ ਨਵੀਂ ਪੀੜ੍ਹੀ ਚ ਵੀ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਕਿ ਜਿਹੜੇ ਬਜ਼ੁਰਗ ਨੇ ਜਾਂ ਪੁਰਾਣੀ ਪੀੜ੍ਹੀ ਹੈ ਉਹ ਇਹ ਗੱਲਾਂ ਚ ਜ਼ਿਆਦਾ ਨਹੀਂ ਤੇ ਨਵੀਂ ਪੀੜ੍ਹੀ ਕਿਵੇਂ ਐਵੋਲਵ ਹੋ ਰਹੀ ਹੈ ਕਿ ਨਹੀਂ ਹੋ ਰਹੀ ਮੇਰੀ ਭੈਣ ਲੰਡਰਨ ਦੀ ਲੰਡਨ ਦੇ ਵਿੱਚ ਜਦੋਂ ਸਿੱਧੂ ਮੂਸੇਵਾਲੇ ਦਾ ਸ਼ੋਅ ਹੋਇਆ ਸੀਗਾ ਤੇ ਜਦੋਂ ਉਹਨੇ ਗੋਰਿਆ ਕਾਲੇ ਨਾਲ ਮਿਲ ਕੇ ਸ਼ੋਅ ਕੀਤਾ ਸੀ ਤੇ ਜਦੋਂ ਉਧਰ ਦੇ ਟਾਪ ਕਾਉਂਟੀ ਦੇ ਵਿੱਚ ਟਾਪ 10 ਦੇ ਵਿੱਚ ਆਇਆ ਸੀ ਮੈਸਿਸ ਚਕਾਲੀ ਐਂਡ ਸੀ ਸੈਡ ਆਈ ਵਾਸ ਲਿਟਰਲੀ ਕ੍ਰਾਈ ਮੈਂ ਕਾ ਕੀ ਹੋਇਆ ਕਹਿੰਦੀ ਨਹੀਂ ਕਹਿੰਦੀ ਮੈਂ ਉਸ ਪਲੇਟਫਾਰਮ ਤੇ ਜਦੋਂ ਪੱਗ ਦੇਖੀ ਕਹਿੰਦੀ ਮੇਰੇ ਅਥਰੂ ਨਹੀਂ ਰੁਕੇ ਵੀ ਮੇਰੇ ਮੁੰਡਾ ਕਿੱਥੇ ਤੱਕ ਲੈ ਗਿਆ ਸਾ रेड एफएम ਤੇ ਤੁਹਾਡਾ ਸਵਾਗਤ ਹੈ ਮੈਂ ਸ਼ੁਭਕਰਮਨ ਢਾਲੀਵਾਲ ਪੰਜਾਬੀ ਦੀ ਮਸ਼ਹੂਰ ਕਹਾਵਤ ਹੈ ਘਰ ਦਾ ਯੋਗੀ ਜੋਗੜਾ ਬਾਹਰ ਦਾ ਯੋਗੀ ਸਿੱਧ ਮਤਲਬ ਕਿ ਕਈ ਵਾਰੀ ਅਸੀਂ ਆਪਣਿਆਂ ਦੀ ਕਦਰ ਨਹੀਂ ਪਾਉਂਦੇ ਉਹਨਾਂ ਦਾ ਮੁੱਲ ਨਹੀਂ ਪਾਉਂਦੇ ਪਰ ਜੇ ਕੋਈ ਬਾਹਰਲਾ ਬੰਦਾ ਹੋਵੇ ਉਹਦੇ ਅਸੀਂ ਸਿਫਤਾਂ ਦੇ ਕਸੀਦੇ ਪੜ ਪੜ ਕੇ ਉਹਨਾਂ ਨੂੰ ਪਹਾੜ ਦੀ ਚੋਟੀ ਤੇ ਚੜਾ ਦਿੰਨੇ ਹਾਂ ਉਸ ਵੇਲੇ ਨੂੰ ਹੀ ਲੈ ਲਓ ਉਹਦੀ ਮੌਤ ਉਹਦੀ ਕਿੰਨੀ ਪ੍ਰਸਿੱਧੀ ਸੀ ਇਹ ਗੱਲ ਉਸਦੀ ਮੌਤ ਤੋਂ ਬਾਅਦ ਪਤਾ ਲੱਗੀ ਜਦੋਂ ਦੁਨੀਆ ਦੇ ਚੋਟੀ ਦੇ ਪੌਪ ਸਟਾਰਾਂ ਨੇ ਉਹਦੀ ਮੌਤ ਦਾ ਦੁੱਖ ਮਨਾਇਆ ਤੇ ਕਈ ਤਾਂ ਸਟੇਜਾਂ ਤੋਂ ਰੋਏ ਵੀ ਅਜੇ ਹੀ ਬੰਦਾ ਇੱਕ ਤੁਹਾਨੂੰ ਪੰਜਾਬੀ ਬੰਦਾ ਅੱਜ ਮਿਲਾਵਾਂਗੇ ਤੇ ਉਹਦੇ ਬਾਰੇ ਦੱਸਾਂਗੇ ਕਿ ਪੰਜਾਬੀ ਭਾਈਚਾਰਾ ਉਹਦੇ ਬਾਰੇ ਕਿਉਂ ਨਹੀਂ ਜਾਣਦਾ ਕੀ ਉਹਦੇ ਮਨ 'ਚ ਦੁੱਖ ਨੇ ਕਿਸ ਗੱਲਾਂ ਨੂੰ ਗੁੱਸਾ ਹੈ ਸਾਡੇ ਨਾਲ ਨੇ ਉਹਨਾਂ ਨਾਲ ਤੁਹਾਨੂੰ ਮਿਲਾਉਨੇ ਆ ਬਾਜੀ ਬਹੁਤ ਬਹੁਤ ਸਵਾਗਤ ਹੈ ਰੇਡ ਐਫ ਐਮ ਤੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੇ ਵਾਇਗੋਜੀ ਕਾ ਖਾਲਸਾ ਵਾਇਗੋਜੀ ਕੀ ਫਤਿਹ ਆਪ ਦੇ ਇੰਟਰੋਡਕਸ਼ਨ ਤੁਸੀਂ ਆਪ ਹੀ ਕਰੋ ਕੀ ਨਾਮ ਹੈ ਤੁਹਾਡਾ ਤੇ ਕੀ ਕਰਦੇ ਹੋ ਭਾਜੀ ਹਰਮਿਤ ਸਿੰਘ ਕੋਹਲੀ ਆਮ ਆ ਸਟੈਂਡ ਅਪ ਕਮੇਡੀਅਨ ਐਂਡ ਆ ਡੂ ਸਟੈਂਡ ਅਪ ਕਾਮੇਡੀ ਇਨ ਇੰਗਲਿਸ਼ ਹਿੰਦੀ ਐਂਡ ਪੰਜਾਬੀ ਐਂਡ ਕੈਨਵਸ ਲਾਫਟ ਕਲੱਬ ਤੋਂ ਹੈਗਾ ਜੀ ਮੈਂ ਇੰਡੀਆ ਮੁੰਬਈ ਤੋਂ ਔਰ ਵੈਸੀ ਆਮ ਫਰੋਂ ਪੰਜਾਬ ਗੁਰਦਾਸਪੁਰ ਪਿੰਡ ਮੇਰਾ ਤਾਰਾਗੜ ਤੇ ਦਿੱਲੀ ਰਿਹਾ ਮੈਂ ਉਸ ਤੋਂ ਬਾਅਦ ਕੈਨਵਸ ਲਾਫ ਕਲਬ ਮੁੰਬਈ ਤੁਸੀਂ ਦੇਖਦੇ ਹੋਗੇ YouTube ਤੇ ਵੀਡੀਓ ਬੜੀਆਂ ਸਾਰੀਆਂ ਤੇ ਉਧਰੋਂ ਆਪਾਂ ਸਟਾਰਟ ਕੀਤਾ ਹੁਣ ਆਪਾਂ ਕੈਨੇਡਾ ਆ ਗਿਆ ਤੇ ਇੱਥੇ ਆਪਾਂ ਇੰਗਲਿਸ਼ ਵੀ ਸਟਾਰਟ ਕਰਤਾ ਤੇ ਸੱਚੇ ਪਾਤਸ਼ਾਹ ਦੀ ਮਿਹਰ ਹੈ ਜੀ ਬੜਾ ਗੋਰੇ ਬੰਦੇ ਉਹ ਸਪੋਰਟ ਕਰ ਰਹੇ ਹਮ ਹਰਮੀਜੀ ਕੋਮੇਡੀ ਚ ਕਿਵੇਂ ਆਏ ਕੋਮੇਡੀ ਚ ਪੈਰ ਕਿਵੇਂ ਰੱਖਿਆ ਤੁਸੀਂ ਭਾਜੀ ਦੇਖੋ ਉਹ ਕਹਿੰਦੇ ਨਾ ਕਿ ਕਦੀ ਕਦੀ ਹੁੰਦਾ ਲੈ ਯੂਰੀਅਲਾਈਜ਼ ਕਿ ਹਾਊ ਮੱਚ ਇਜ਼ ਟੂ ਮੱਚ ਇਨ ਲਾਈਫ ਆਈ ਕਮ ਫਰਮ ਅ ਬਿਜ਼ਨਸ ਫੈਮਲੀ ਥਰ ਵਰ ਸਮ ਇਨਸੀਡੈਂਟ ਇਨ ਮਾਈ ਲਾਈਫ ਐਂਡ ਆ ਰੀਅਲਾਈਜ਼ ਕਿ ਯਾਰ ਵੀ ਕਿੰਨਾ ਕੁ ਚਾਹੀਦਾ ਲਾਈਵ ਦੇ ਵਿੱਚ ਕਿ ਆਪਾਂ ਕੰਮ ਤਾਂ ਇੱਥੇ ਸਾਰੇ ਕਰ ਹੀ ਜਾਂਦੇ ਆ ਘੰਟਿਆਂ ਦੇ ਹਿਸਾਬ ਨਾਲ ਸ਼ਿਫਟ ਲੱਗਦੀ ਹੈ ਨਾ ਤੇ ਕਿੰਨਾ ਕੁ ਤੁਹਾਨੂੰ ਪੈਸਾ ਚਾਹੀਦਾ ਕਿ ਤੁਹਾਡਾ ਰਾਜ ਹੋ ਜੇ ਵੀ ਉਸ ਤੋਂ ਬਾਅਦ ਤੁਸੀਂ ਕਹੋਗੇ ਕਿ ਇੱਥੇ ਮੈਂ ਅਕਸਰ ਦੇਖਿਆ ਸਾਡੇ 60 65 ਸਾਲ ਤੋਂ ਬਾਅਦ ਬੜੇ ਸਾਰੇ ਸਿੰਗਰ ਪੜ ਜਾਂਦੇ ਘਰੇ ਪਾਰਟੀਆਂ ਕਰਦੇ ਆ ਤੇ ਸਿੰਗਰ ਪੜਦੇ ਆ ਔਰ ਮੈਂ ਲੱਕੀ ਰਿਹਾ ਜੀ ਮੈਨੂੰ ਉਹ ਰੀਅਲਾਈਜੇਸ਼ਨ 35 ਸਾਲ ਦੀ ਹੋ ਗਈ ਵੀ ਹੁਣ ਮੈਂ ਉਹ ਕਰਨਾ ਜਿਹੜੇ ਲੋਕੀ ਵੀ ਖੁਸ਼ ਹੋਣ ਤਾਂ ਮੈਂ ਵੀ ਖੁਸ਼ ਰਵਾਂ ਹੂੰ ਇਸ ਕਰਕੇ ਆਪਾਂ ਕਮੇਟੀ ਬਣ ਗਏ ਹਮ ਇਹੇ ਜਾ ਤੁਸੀਂ ਕਿਹੋ ਜਿਹੇ ਜੋਕ ਸੁਣਾਉਣੇ ਹੋ ਜਿਹਦੇ ਕਰਕੇ ਗੋਰੇ ਆ ਜਿਹੜੇ ਖਾਸ ਤੌਰ ਤੇ ਕੈਨੇਡਾ ਅੱਜ ਗਏ ਲੋ ਉਹ ਲਾਈਨਾਂ ਲਾ ਕੇ ਤੁਹਾਡੀ ਸ਼ੋਹ ਦੀਆਂ ਟਿਕਟਾਂ ਲੈਣ ਨੂੰ ਖੜੇ ਹੁੰਦੇ ਨੇ ਭਾਈ ਦੇਖੋ ਐਦਾਂ ਹੈ ਕਿ ਯੋਗਤਾ ਜੋਕੀ ਹੁੰਦੇ ਆ ਸਾਰੇ ਹੈਨਾ ਬਟ ਸਟੈਂਡ ਅਪ ਕਾਮੇਡੀ ਇਜ਼ ਅ ਜਨਰ ਆਫ ਨਾਟ 엘ੀਟ ਪੀਪਲ ਆਈ ਵੁੱਡ ਸੇ ਬਟ ਮੋਰ ਆਫ ਅ ਟੋਲਰੈਂਟ ਪੀਪਲ ਜਿਹੜੇ ਬੜੀ ਛੇਤੀ ਆਫੈਂਡ ਨਾ ਹੋ ਜਾਣ ਨਿੱਕੀ ਮਾੜੀ ਮੋਟੀ ਗੱਲ ਤੇ ਕਿਉਂਕਿ ਜਦੋਂ ਆਪਾਂ ਸਟੈਂਡ ਅਪ ਕਾਮੇਡੀ ਕਰਦੇ ਆ ਹੁਣ ਇੰਡੀਆ ਦੇ ਬੜੇ ਸਾਰੇ ਫੇਮਸ ਸਟੈਂਡ ਅਪ ਕਾਮੇਡੀਅਨ ਆ ਤੁਸੀਂ ਜਾਣਦੇ ਹੋਗੇ ਤੇ ਜਦੋਂ ਆਪਾਂ ਸਟੈਂਡਰਡ ਸਟੈਂਡ ਅਪ ਕਾਮੇਡੀ ਕਰਦੇ ਆ ਉਹ ਅਨਫਿਲਟਰਡ ਹੁੰਦਾ ਜੀ ਜੋਕੀ ਦਾ ਜੋਕ ਹੁਣ ਤੁਸੀਂ ਜੋਕ ਦੇ ਵਿੱਚ ਬੋਲੋ ਵੀ ਐ ਨਹੀਂ ਕਰਨਾ ਉਹ ਨਹੀਂ ਬੋਲਣਾ ਆਵਾ ਤਵਾ ਨਹੀਂ ਬੋਲਣਾ ਤੇ ਉਹ ਫਿਰ ਆਪਣੇ ਬੰਦੇ ਕਈ ਵਾਰੀ ਮੈਨੂੰ ਮਤਲਬ ਅਗੋਰੇ ਜਿਆਦਾ ਇੰਗਲਿਸ਼ ਚ ਜਦੋਂ ਕਰਦੇ ਆ ਵੈਸੇ ਮੈਂ ਪੰਜਾਬੀ ਵੀ ਕਰਦਾ ਜਿਵੇਂ ਤੁਹਾਨੂੰ ਪਤਾ ਅੱਜ ਵੀ ਹੋਇਆ ਪੰਜਾਬੀ ਹਿੰਦੀ ਚ ਵੀ ਕਰਦੇ ਆ ਤੇ ਇੱਕ ਇੱਕ ਲਿਮਿਟ ਹੁੰਦੀ ਹੈ ਉੱਥੇ ਆਪਾਂ ਕਰਦੇ ਆ ਉਹ ਵੀ ਬਹੁਤ ਸਪੋਰਟ ਕਰਦੇ ਆ ਪਰ ਜਦ ਮੈਂ ਇੰਗਲਿਸ਼ ਚ ਸਟਾਰਟ ਕੀਤਾ ਤੇ ਦਾ ਕਾਈਂਡ ਆਫ ਇਕੁਲੇਟਸ ਹੈ ਸਟਾਰਟਡ ਟੂ ਰੀਸੀਵ ਵਾਸ ਅਮੇজিং ਲਾਈਕ ਆਈ ਵਾਸ ਅਸਟਨਿਸ਼ ਕਿ ਇੰਨਾ ਜਿਆਦਾ ਐਪਰੀਸ਼ੀਏਸ਼ਨ ਕਰਦੇ ਆ ਉਹ ਇੱਕ ਟਰਬਨ ਦੇ ਕੇ ਵੀ ਬੜਾ ਮੈਨੂੰ ਐਜ਼ ਅ ਇੰਡੀਅਨ ਰੈਕਗਨਾਈਜ਼ ਕਰਦੇ ਆ ਉਹ ਕਹਿੰਦੇ ਵੀ ਤੂੰ ਪੂਰੇ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਐ ਯੂ ਆਰ ਲਾਈਕ ਸਮ ਟਾਈਮ ਇਟ ਹੈਪਨਸ ਵਿਦ ਮਸ ਲਾਈਕ ਉਹ ਮੈਨੂੰ ਕਹਿੰਦੇ ਜੀ ਬਿਕੋਜ਼ ਆਫ ਯੂ ਆਰ ਸ਼ੋ ਬਿਕਮ ਡਾਈਵਰਸ ਯੂ ਆਰ ਦਾ ਰੀਜ਼ਨ ਫॉर ਆਰ ਡਾਈਵਰਸਿਟੀ ਤੇ ਉਹ ਫਿਰ ਸਪੋਰਟ ਕਰਦੇ ਆ ਤੇ ਮੇਰ ਆ ਜੀ ਵਧੀਆ ਚੱਲੀ ਜਾਂਦਾ ਪਰ ਜਿਹੜੇ ਆਪਣੇ ਲੋਕ ਐ ਉਹਨਾਂ ਤੋਂ ਤੁਹਾਨੂੰ ਕੀ ਗਿਲਾ ਐ ਜੇ ਗੱਲ ਕੀਤੀ ਜਾਵੇ ਵੀ ਉਹਨਾਂ ਦੇ ਪ੍ਰਤੀ ਤੁਹਾਨੂੰ ਕੀ ਦੁੱਖ ਐ ਜਾਂ ਕੀ ਗੁੱਸਾ ਭਾਈ ਮੈਨੂੰ ਕੋਈ ਗਿਲਾ ਐ ਸੱਚ ਨਹੀਂਗਾ ਕਿ ਆਪਣੇ ਲੋਕ ਮੈਂ ਆਪਣੇ ਵਿੱਚ ਹਈਆਂ ਪਰ ਥੋੜਾ ਜਿਹਾ ਕਦੀ ਕਦਾ ਰਹਿ ਲੱਗਦਾ ਵੀ ਸਾਡੀ ਕਮਿਊਨਿਟੀ ਐ ਮਤਲਬ ਕਹਿਣਾ ਨਹੀਂ ਚਾਹੀਦਾ ਆਪਾਂ ਸਰਦਾਰ ਬੰਦੇ ਆ ਪੱਗ ਬੰਨੀ ਆ ਉਹ ਉਹੀ ਹਲੇ ਤੱਕ ਕਿੰਨੇ ਸਾਲ ਹੋ ਗਏ ਉਹੀ ਉਹ ਜੱਟ ਹੈ ਐ ਰਾਮਗੜੀਆ ਹੈ ਐ ਪਾਪਾ ਹੈਗਾ ਐ ਲੁਬਾਣਾ ਐ ਮਜਬੀ ਐ ਕਲੇਜ ਖਤਮ ਨਹੀਂ ਹੁੰਦਾ ਫਿਰ ਐ ਮਾਜੇ ਦਾ ਜਿ ਲਾਈਕ ਆਮ ਫਰਮ ਗੁਰਦਾਸਪੁਰ ਤੇ ਅਸੀਂ ਮਾਜੇ ਦੇ ਹੋਗੇ ਪਰ ਵਾਟ ਵਾਟ ਡਿਫਰੈਂਟ ਐਜ਼ ਇਟ ਮਿਕਸ ਐ ਮਾਜੇ ਦਾ ਐ ਮਾਲਵੇ ਦਾ ਐ ਦੁਆਬੇ ਦਾ ਫਿਰ ਕੋਈ ਦਿੱਲੀ ਦਾ ਫਿਰ ਮੁੰਬਈ ਤੋਂ ਅਸੀਂ ਨਾ ਚੀਜਾਂ ਚ ਲੱਗੇ ਰਹਨੇ ਆ ਮਤਲਬ ਸਾਡਾ ਮਤਲਬ ਮੈਨੀ ਟੈਂਡ ਲੇਕ ਮੇਰਾ ਨਾਮ ਹੈਗਾ ਜੀ ਹਰਮੀਤ ਸਿੰਘ ਕੋਹਲੀ ਤੇ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਹਰਮੀਤ ਮੈਟਰ ਨਹੀਂ ਕਰਦਾ ਕੋਹਲੀ ਮੈਟਰ ਨਹੀਂ ਕਰਦਾ ਸਿੰਘ ਮੈਟਰ ਕਰਦਾ ਮੇਰੇ ਵਾਸਤੇ ਸਿੰਘ ਬਹੁਤ ਇੰਪੋਰਟੈਂਟ ਆ ਮੈਂ ਜਦੋਂ ਇੰਗਲਿਸ਼ ਚ ਕਾਮੇਡੀ ਕੀਤੀ ਸਟਾਰਟ ਤੇ ਮੈਨੂੰ ਗੋਰੇ ਕਹਿੰਦੇ ਵੀ ਡੂ ਯੂ ਗੋਣਾ ਚੇਂਜ ਯੂਰ ਨੇਮ ਆਈ ਸੈਡ ਵਾਟ ਸ਼ੁੱਡ ਆ ਡੂ ਵਿਦ ਮਾਈ ਨੇਮ ਮਾਈ ਨੇਮ ਇਜ਼ ਅਮੇਜ਼ਿੰਗ ਲਾਈਕ ਹਰਮੀਤ ਸਿੰਘ ਕੋਹਲੀ i said like you can shorten your name i said what should i do with my name they said like you can edit thing i said no that's most important fir mainu kende vi you gonna change your name to harry kyuki itthe honda jasmeet jazband janda mandeep mandi val janda hmm. mainu kende vi assi tenu okha honda sanu bolan no. hmm. nu vi assi tenu harry keh dende assi ke main ke nahi main harmeet singh rahanga te if you can't pronounce my name that's your problem not mine hmm. te je mere ch dam hoyega tusi mera naam sikho ge ਔਰ ਬੋਲੋਗੇ ਹੁਣ ਆ ਬੋਲਦੇ ਭਾਈ ਔਰ ਬੜਾ ਸੋਹਣਾ ਬੋਲਦੇ ਹਰਮੀਤ ਸਿੰਘ ਕੋਹਲੀ ਔਰ ਬਹੁਤ ਵਧੀਆ ਲੱਗਦਾ ਮੈਨੂੰ ਜਦੋਂ ਉਹਨਾਂ ਨੇ ਸਿੱਖ ਲਿਆ ਨਾ ਤੇ ਆਪਾਂ ਉਹਨਾਂ ਨੂੰ ਕਿਉਂ ਐ ਕਹੀਏ ਕਿ ਨਹੀਂ ਜੀ ਅਸੀਂ ਤੁਹਾਡੇ ਕਰਕੇ ਜਾਇਜ਼ ਬਣ ਜਾਾਂਗੇ ਜਾਂ ਹੈਰੀ ਬਣ ਜਾਾਂਗੇ ਮੈਂ ਕਹਾ ਨਹੀਂ ਮੈਂ ਮੈਂ ਨਹੀਂ ਬਣਨਾ ਕਿਉਂਕਿ ਮੈਂ ਪੱਗ ਬੰਨਦਾ ਤੇ ਸਾਰੇ ਨੂੰ ਪਤਾ ਸਿੰਘ ਹੀ ਹੋਏਗਾ ਕੋਈ ਹੈਰੀ ਤਾਂ ਪੱਗ ਨਹੀਂ ਬੰਨਦਾ ਹਰਮੀਤ ਸਿੰਘ ਜਾਂ ਮਨਪ੍ਰੀਤ ਸਿੰਘ ਜਾਂ ਕੋਈ ਵੀ ਸਿੰਘ ਹੀ ਬਣਦਾ ਤਾਂ ਐਮ ਵਾਟ ਐਮ ਆਮ ਥਰੀ ਕੈਡੋ ਵੀ ਜਿਹੜੇ ਗੋਰੇ ਨੇ ਜਾਂ ਕੋਈ ਹੋਰ ਕਮਿਊਨਿਟੀ ਦੇ ਲੋਕ ਨੇ ਉਹ ਤੁਹਾਨੂੰ ਵੱਧ ਸੈਲੀਬ੍ਰੇਟ ਕਰਦੇ ਆ ਥੋੜਾ ਰਿਗਾਰਡ ਵੱਧ ਕਰਦੇ ਆ ਜਿਹੜਾ ਤੁਹਾਡੇ ਚ ਟੈਲੈਂਟ ਹੈਗਾ ਜਾਂ ਜੇ ਤੁਸੀਂ ਸਟੈਂਡ ਅਪ ਕਾਮੇਡੀ ਕਰਦੇ ਹੋ ਉਹਦਾ ਜਿਆਦਾ ਮੁੱਲ ਪਾਉਂਦੇ ਕਦਰ ਪਾਉਂਦੇ ਆ ਭਾਜੀ ਉਹ ਨਾ ਉਹ ਐਕਚੁਅਲੀ ਟੈਲੈਂਟ ਦੀ ਵੈਲਿਊ ਕਰਦੇ ਆ ਉਹ ਨਹੀਂ ਪੁੱਛਦੇ ਵੀ ਤੇਰੇ ਤੂੰ ਕੌਣ ਹੈ ਤੇਰੀ ਕਾਸਟ ਕੀ ਹੈ ਤੂੰ ਪਿੱਛੋਂ ਕਿੱਥੋਂ ਆਇਆ ਹੈ ਨਾਲ ਦਟਸੈਫ ਉਹ ਕਹਿੰਦੇ ਵੀ ਜੇ ਤੇਰਾ ਜੋਕ ਵਧੀਆ ਤੂੰ ਸਾਨੂੰ ਹਸਾਉਂਦਾ ਵੀ ਲਵ ਯੂ ਐ ਸਿੰਪਲ ਐਜ਼ ਥੈਟ ਉਹਨਾਂ ਨੂੰ ਕੋਈ ਮਤਲਬ ਨਹੀਂ ਮੈਂ ਮਾਝੇ ਦਾ ਮੈਂ ਦਿੱਲੀ ਦਾ ਮੈਂ ਮੁੰਬਈ ਦਾ ਮੈਂ ਇੰਡੀਆ ਦਾ ਮੈਂ ਪਾਕਿਸਤਾਨ ਦਾ obviously hmm. they know like i do a lot of uber jokes hmm. because saade uh, bande uber bahut chalane mein uber jokes bahut karta adordish wale jokes karta and they love that and they say like we enjoy we love you and as simple as that hun main calgary aaya hun mera show hai ga punjabi da itthe te main kal english da show kita main seattle gaya utthe bhi main ek show karke aaya main english da karke aaya aur main agge english de winnipeg comedy festival bhi main try kar reha main apni main entry bheja ਤੇ ਉਹ ਕਹਿੰਦੇ ਵੀ ਐਤ ਕੀ ਰਸ਼ ਬੜਾ ਹੋ ਸਕਦਾ ਨੈਕਸਟ ਈਅਰ ਮੈਨੂੰ ਚਾਂਸ ਮਿਲੇ ਬਟ ਮੈਂ ਕੋਸ਼ਿਸ਼ ਕਰਦਾ ਰਹੂੰਗਾ ਜੀ ਬਿਕੋਜ਼ ਆਈ ਲਵ ਵਾਟ ਟੂ ਨਹੀਂ ਸਾਰੇ ਹੀ ਕਮਿਊਨਿਟੀ ਆਏ ਆ ਕੋਈ ਹੁਣ ਕਮਿਊਨਿਟੀ ਸਪੋਰਟ ਵੀ ਕਰਦਾ ਕਿ ਬਹੁਤੇ ਜਿਹੜੇ ਮੈਜੋਰਟੀ ਆ ਬੰਦੇ ਸਾਨੂੰ ਮਿਲਦੇ ਆ ਉਹ ਐਂ ਕਰਦੇ ਆ ਬੀਕਾਸ ਕਰਦਾ ਜੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਬੜੀ ਅਮੇਜ਼ਿੰਗ ਅਮੇਜ਼ਿੰਗ ਕਹਾਵਾਂਗਾ ਬੜੀ ਸਟਾਨਿਸ਼ਿੰਗ ਜੀ ਗੱਲ ਹੈਗੀ ਹੈ ਮੈਂ ਵੈਨਕੂਵਰ ਦੇ ਵਿੱਚ ਇੱਕ ਕਲੱਬ ਹੈਗਾ ਲੋਫਟ ਕਰਕੇ ਹੈਗਾ ਇੰਗਲਿਸ਼ ਬੇ ਤੇ ਵੈਨਕੂਵਰ ਡਾਊਨਟਾਊਨ ਤੇ ਤੇ ਉੱਥੇ ਮੈਂ ਸ਼ੋ ਕਰਦਾ ਸੀਗਾ ਇੰਗਲਿਸ਼ ਦਾ ਤੇ ਮੇਰੇ ਕੋਲ ਦੋ ਸਾਊਥ ਇੰਡੀਅਨ ਮੁੰਡੇ ਆ ਗਏ ਤੇ ਹైదరాబాద్ ਦਾ ਸੀਗਾ ਕਿ ਚੇਨਈ ਦਾ ਸੀਗਾ ਤੇ ਉਹਨਾਂ ਨੂੰ ਹਿੰਦੀ ਪੰਜਾਬੀ ਨਹੀਂ ਆਉਂਦੀ ਸੀ ਉਹਨਾਂ ਨੂੰ ਇੰਗਲਿਸ਼ ਆਉਂਦੀ ਸੀ ਬਟ ਦੇ ਕੇਮ ਟੂ ਮੀ ਦੇ ਸੈਡ ਹੈ ਪਾਜੀ ਆਈ نو ਯੂ ਬਿਕੋਜ਼ ਉਥੇ ਨਾ ਪਾਜੀ ਸਾਡਾ ਵਰਡ ਬੜਾ ਫੇਮਸ ਆ ਜਿਹੜੇ ਜਿੰਨੇ ਪਗਬੰਦੀਓ ਪਾਜੀ ਜਿੰਨੇ ਪਗਬੰਦੀਓ ਵੀਰ ਜੀ ਉਹ ਮੈਨੂੰ ਇਦਾਂ ਜਾਣਦੇ ਸੀ ਕਹਿੰਦੇ ਯੂ ਆਰ ਦ ਪੀਪਲ ਹੂ ਹੂ ਬੀਲੀਵ ਇਨ ਫ੍ਰੀ ਫੂਡ ਐਂਡ ਫ੍ਰੀ ਕਿਚਨ ਕਿ ਲੰਗਰ ਸੇਵਾ ਨੂੰ ਕਹਰੇ ਸੀਗਾ ਲੰਗਰ ਸੇਵਾ ਜਿਹੜੇ ਫ੍ਰੀ ਫੂਡ ਐਂਡ ਫ੍ਰੀ ਕਿਚਨ ਕਿੰਨੀ ਵੱਡੀ ਗੱਲ ਤੇ ਕਹਿੰਦੇ ਆਈ نو ਯੂ ਆਰ ਫਰਮ ਇੰਡੀਆ ਕਹਿੰਦਾ ਭਾਜੀ ਵੀ ਵੀ ਲਵ ਯੂ ਵੀ ਆਰ ਪ੍ਰਾਊਡ ਆਫ ਯੂ ਬਿਕਾਜ਼ ਤੁਹਾਡੇ ਕਰਕੇ ਸਾਡੇ ਇੰਡੀਆ ਦਾ ਨਾਮ ਰੋਸ਼ਨ ਹੋ ਰਿਹਾ ਤੇ ਉਸੇ ਜਗ੍ਹਾ ਇੱਕ ਪੰਜਾਬੀ ਬੰਦਾ ਸੀਗਾ ਉਹ ਕਹਿੰਦਾ ਯਾਰ ਤੂੰ ਤਾਂ ਮਤਲਬ ਖੱਤਰੀ ਆ ਜਾਂ ਤੂੰ ਕੀ ਮਤਲਬ ਤੁਸੀਂ ਦਿੱਲੀ ਦੇ ਹੈਗੇ ਹੋ ਜਾਂ ਕਿੱਥੋਂ ਹੈਗੇ ਹੋ ਮਤਲਬ ਇਹੋ ਜਿਹੀ ਗੱਲਾਂ ਤੇ ਆਈ ਵਾਸ ਮੈਂ ਕਹਾਂ ਭਾਜੀ ਠੀਕ ਹੈ ਭਾਜੀ ਵਧਾਈ ਜੀ ਸਾਸਰੀ ਘਰ ਮਲਕੀ ਉਹਨਾਂ ਨੇ ਤੁਹਾਡੇ ਕਾਮੇਡੀ ਦੇ ਲੈ ਕੇ ਕੋਈ ਗੱਲ ਨਹੀਂ ਕੀਤੀ ਪਰ ਤੁਹਾਡੀ ਜਾਤ ਹਾਂ ਤੁਸੀਂ ਕੀ ਕਿੱਥੇ ਹੋ ਕੀ ਕਰ ਉਹ ਉਹਦੇ ਉੱਤੇ ਜ਼ਿਆਦਾ ਧਿਆਨ ਦਿੱਤਾ ਉਹਦੇ ਤੇ ਧਿਆਨ ਦਿੱਤਾ ਕਹਿੰਦੇ ਵੀ ਤੂੰ ਤੇਰੀ ਪੱਗ ਤੋਂ ਤਾਂ ਲੱਗਦਾ ਨਹੀਂ ਕਿ ਤੂੰ ਦਿੱਲੀ ਰਿਹਾ ਜਾਂ ਤੂੰ ਮੁੰਬਈ ਤੂੰ ਪਰਫਾਰਮ ਕੀਤਾ ਪੰਜਾਬ ਦਾ ਮੈਂ ਕਿਹਾ ਪਾਜੀ ਇਹ ਕਿਹੜੇ ਚੱਕਰਾਂ 'ਚ ਪੈ ਗਏ ਹੋ ਤੁਸੀਂ ਫਿਰ ਕਿਸੇ ਨੇ ਉਹਨਾਂ ਨੂੰ ਵੈਸੇ ਦੱਸਤਾ ਹੋਵੇਗਾ ਕਹਿੰਦਾ ਅਸੀਂ ਤਾਂ ਸੁਣਿਆ ਤੂੰ ਮਾਝੇ ਦਾ ਹੈਗਾ ਮੈਂ ਪਾਜੀ ਮੈਂ ਮਾਝੇ ਦਾ ਹੈਗਾ ਮੈਂ ਇੰਡੀਆ ਦਾ ਹੈਗਾ ਮੈਂ ਪੰਜਾਬ ਦਾ ਹੈਗਾ ਮੈਂ ਇਨਸਾਨ ਹੈਗਾ ਪਹਿਲੇ ਹੈ ਕਿਉਂ ਜੀ ਇਹ ਕਿਹਨਾ ਚੱਕਰਾਂ ਚ ਪੇਰ ਤੁਸੀਂ ਤੇ ਮੈਂ ਤਾਂ ਇਹ ਕਾਮੇਡੀ ਸ਼ੋਅ ਹੈ ਔਰ ਤੁਸੀਂ ਉਹੀ ਚੀਜ਼ਾਂ ਨੂੰ ਲੈ ਕੇ ਬੈਠੇ ਹੋ ਕਹਿੰਦੇ ਵੀ ਇਹ ਤਾਂ ਲੱਚਰ ਪਣਾ ਹੈਗਾ ਮੈਂ ਕਹਾ ਭਾਜੀ ਸੌਰੀ ਭਾਜੀ ਤੇ ਮੈਂ ਇਹ ਗੱਲ ਕੀਤੀ ਮੈਂ ਕਹਾ ਵੀ ਉੱਥੇ 20 ਡਾਲਰ ਦੀ ਟਿਕਟ ਹੁੰਦੀ ਹੈ ਸਾਡੀ ਤੇ 20 ਡਾਲਰ ਦੀ ਟਿਕਟ ਖਰਚ ਕੇ ਉਹੀ ਆਊਗਾ ਜਿਹਨੂੰ ਜਿਹੜਾ ਟੋਲਰੈਂਟ ਹੈ ਜਿਹੜਾ ਮਤਲਬ ਹੱਸਣਾ ਚਾਹੁੰਦਾ ਜਿਹੜਾ ਖੁਸ਼ ਰਹਿਣਾ ਚਾਹੁੰਦਾ ਕਿਸੇ ਨੂੰ ਕੋਈ ਜ਼ਬਰਦਸਤੀ ਥੋੜੀ ਹੈਗੀ ਹੁਣ ਮੈਂ ਰੇਡੀਓ ਤੇ ਓਬਵੀਅਸਲੀ ਯੂ نو ਆ ਮੈਂ ਰੇਡੀਓ ਜੋਕਿੰਗ ਰੈਡੀ FM ਵੈਂਕੂਵਰ ਮਾ ਤੁਹਾਡਾ ਕੋਈ EMPLOYEE ਵੀ ਹੈਗਾ ਉੱਥੇ ਮੈਂ ਜਿਹੜਾ ਵੀਕੈਂਡ ਤੇ ਸ਼ੋਅ ਕਰਦਾ ਮੈਂ ਉੱਥੇ ਬੜੀ ਸਿਆਣੀਆਂ ਗੱਲਾਂ ਕਰਦਾ ਓਬਵੀਅਸਲੀ ਬਿਕੋਜ਼ ਸਾਡੇ ਬਾਬੇ ਸਾਡੀ ਮਾਵਾ ਭੈਣਾ ਧੀਆ ਸੁਣਦੀਆਂ ਹੁੰਦੀਆਂ ਉੱਥੇ ਆਪਾਂ ਉਹ ਜਿਹੀ ਗੱਲਾਂ ਨਹੀਂ ਕਰਦੇ ਉਹ ਪਲੈਟਫਾਰਮ ਹੀ ਡਿਫਰੈਂਟ ਉਹ ਪਲੈਟਫਾਰਮ ਡਿਫਰੈਂਟ ਹੈ ਪਰ ਜਦ ਮੈਂ ਸਟੈਂਡ ਅਪ ਕਾਮੇਡੀ ਕਰਦਾ ਉਹ ਮੇਰਾ ਕਿੱਤਾ ਇੱਕ ਮੇਰਾ ਰੋਜ਼ਗਾਰ ਹੈ ਮੈਂ ਲੋਕੀ ਟਿਕਟਾਂ ਲੈਂਦੇ ਮੈਨੂੰ ਪੈਸਾ ਮਿਲਦਾ ਉਹਦਾ ਢੰਗ ਆ ਉਹਦਾ ਸਟਾਈਲ ਹੈ ਉਹਦਾ ਸਟਾਈਲ ਹੈ ਤੇ ਉੱਥੇ ਹੁਣ ਗੋਰੇ ਵੀ ਭਾਜੀ ਉਹਨਾਂ ਨੇ ਸਾਡੇ ਤੇ 200 ਸਾਲ ਰਾਜ ਕੀਤਾ ਬੇਫਕੂਫ ਤਾਂ ਹੈ ਨਹੀਂਗੇ ਉਹ ਉਹ ਵੀ ਕੋਈ ਬੰਦਾ ਦੇਖ ਦੇ ਤਾਂ ਤਾਂ ਹੀ ਮੰਨਿਆ ਐਪਰੀਸ਼ੀਏਟ ਕਰਦੇ ਆ ਪਰ ਜੇ ਇੱਕ ਲੈਵਲ ਤੋਂ ਬਾਅਦ ਐਪਰੀਸ਼ੀਏਟ ਤਾਂ ਹੀ ਕਰਦਾ ਜੇ ਤੁਹਾਡੇ ਜੋਕਸ ਚ ਦਮ ਆ। ਐਦਾ ਕੋਈ ਉਹ ਉਹਨਾਂ ਨੂੰ ਕੋਈ ਲੋੜ ਨਹੀਂ ਚਾਪ ਲੋ ਸਿੱਧੀ ਉਹਨਾਂ ਕੋਲ ਬਹੁਤ ਕੰਟੈਂਡਰ ਨੇ। ਮੈਂ ਇੱਕ ਗੱਲ ਹੋਰ ਵੀ ਪੁੱਛਣਾ ਚਾਹੁੰਦਾ ਵੀ ਇਹ ਨਵੀਂ ਪੀੜੀ ਚ ਵੀ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਕਿ ਜਿਹੜੇ ਬਜ਼ੁਰਗ ਨੇ ਜਾਂ ਪੁਰਾਣੀ ਪੀੜੀ ਹੈ ਉਹ ਇਹ ਗੱਲਾਂ ਚ ਜ਼ਿਆਦਾ ਨੇ ਤੇ ਨਵੀਂ ਪੀੜੀ ਕਿਵੇਂ ਐਵੋਲਵ ਹੋ ਰਹੀ ਹੈ ਕਿ ਨਹੀਂ ਹੋ ਰਹੀ? ਜਿਹੜੀ ਸਾਡੀ ਥੈਂਕਾਉਟ ਜਿਹੜੀ ਸਾਡੀ ਨਵੀਂ ਪਨੀਰੀ ਜਿਹੜੀ ਡਾਊਨਟਾਊਨ ਦੀ ਹੈਗੀ ਆ ਜਿਹੜੇ ਉੱਥੇ ਰਹਿੰਦੇ ਮੁੰਡੇ ਕੁੜੀਆਂ ਦੇ ਆ ਡਿ ਇਟਸ ਬੇਸਿਕਲੀ ਪੁਰਾਣੇ ਤਾਂ ਚਲੋ ਜਿਹੜੇ ਮਿਡਲ ਏਜ ਵੀ ਕਈ ਹੈਗੇ ਜਿਹੜੇ ਇੰਡੀਆ ਤੋਂ 5 7 7 10 ਸਾਲ ਪਹਿਲਾਂ ਆਏ ਉਹ ਵਾਲੇ ਵੀ ਉਹੀ ਉਹਨਾ ਚੱਕਰਾ 'ਚ ਪਏ ਨੇ ਹੁਣ ਮੈਂ ਇੱਕ ਤੁਸੀਂ ਸਟਾਰਟ ਕਰਨ ਤੋਂ ਪਹਿਲੇ ਸਿੱਧੂ ਮੂਸੇਵਾਲੇ ਦਾ ਨਾਮ ਲਿਆ ਮੇਰੀ ਭੈਣ ਲੰਡਨ ਰਹਿੰਦੀ ਹੈ ਲੰਡਨ ਦੇ ਵਿੱਚ ਜਦੋਂ ਸਿੱਧੂ ਮੂਸੇਵਾਲੇ ਦਾ ਸ਼ੋਅ ਹੋਇਆ ਸੀਗਾ ਤੇ ਜਦੋਂ ਉਹਨੇ ਗੋਰਿਆਂ ਘਾੜਿਆਂ ਨਾਲ ਮਿਲ ਕੇ ਸ਼ੋਅ ਕੀਤਾ ਸੀ ਤੇ ਜਦੋਂ ਉਧਰ ਦੇ ਟੌਪ ਕਾਉਂਟੀ ਦੇ ਵਿੱਚ ਟੌਪ 10 ਦੇ ਵਿੱਚ ਆਇਆ ਸੀ ਮੈਸਿਸ ਜੈਕਾਲ ਮੀ ਐਂਡ ਸੀ ਸੈਡ ਆਈ ਵਾਸ ਲਿਟਰਲੀ ਕ੍ਰਾਈਂਗ ਮੈਂ ਕਾ ਕੀ ਹੋਇਆ ਕਹਿੰਦੀ ਨੇ ਕਹਿੰਦੀ ਮੈਂ ਉਸ ਪਲੇਟਫਾਰਮ ਤੇ ਜਦੋਂ ਪੱਗ ਦੇਖੀ ਕਹਿੰਦੀ ਮੇਰੇ ਅਥਰੂ ਨਹੀਂ ਰੁਕੇ ਵੀ ਮੇਰੇ ਮੁੰਡਾ ਕਿੱਥੇ ਤੱਕ ਲੈ ਗਿਆ ਸਾਨੂੰ ਕਿੱਥੇ ਪੱਗ ਬਣ ਕੇ ਗਿਆ ਨਾ ਮੈਨੂੰ ਮੈਨੂੰ ਆਪ ਮੈਂ ਸਿੱਧੂ ਮੂਸੇ ਵਾਲੇ ਦਾ ਫੈਨ ਸੀਗਾ ਵੀ ਦੇਖੋ ਆਪਾਂ ਐ ਨਹੀਂ ਕਹਿੰਦੇ ਵੀ ਕਿਸੇ ਨੇ ਕੇਸ ਰੱਖਿਆ ਉਹ ਵੀ ਵਧੀਆ ਪਹਿਲੇ ਇਨਸਾਨ ਹੋਣਾ ਚਾਹੀਦਾ ਪਰ ਜੇ ਕਿਸੇ ਨੇ ਪੱਗ ਬੰਨੀ ਐ ਤਾਂ ਉਹ ਰਿਪਰੈਜ਼ੈਂਟ ਤਾਂ ਕਰ ਰਿਆ ਨਾ ਆਪਣੀ ਆਈਡੈਂਟੀ ਦਾ ਦੱਸ ਰਿਆ ਨਾ ਵੀ ਹੁਣ ਮੰਨ ਲਓ ਤੁਸੀਂ ਬੈਠੇ ਹੋ ਤੁਸੀਂ ਵੀ ਵਧੀਆ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਤੋਂ ਪਰ ਸ਼ਾਇਦ ਤੁਸੀਂ ਜਾਓਗੇ ਤਾਂ ਤੁਹਾਡਾ ਪਤਾ ਨਹੀਂ ਇਰਾਕ ਦਾ ਹੈ ਕਿ ਇਰਾਕ ਦਾ ਹੈ ਜਾਂ ਸ਼੍ਰੀਲੰਕਾ ਦਾ ਜਾਂ ਕਿੱਥੇ ਦਾ ਮੇਰਾ ਤਾਂ ਪਤਾ ਹੀ ਹੈ ਪੰਜਾਬੀ ਆ ਤੁਸੀਂ ਪੱਗ ਬੰਨ੍ਹਦੇ ਦਸਤਾਰ ਸਜਾਉਂਦੇ ਹੋ ਮੇਰਾ ਤਾਂ ਪਤਾ ਹੀ ਹੈ ਮੈਂ ਪੰਜਾਬੀ ਆ ਮੈਂ ਪੰਜਾਬ ਤੋਂ ਆ ਭਾਵੇਂ ਕੋਈ ਦਿੱਲੀ ਮੁੰਬਈ ਹైదరాబాద్ ਤੋਂ ਵੀ ਹੋਏਗਾ ਸਾਡਾ ਮੁੱਢ ਤਾਂ ਅਨੰਦਪੁਰ ਸਾਹਿਬ ਆ ਪਰ ਹੁਣ ਜਦੋਂ ਮੈਂ ਅਨੰਦਪੁਰ ਸਾਹਿਬ ਦੀ ਗੱਲ ਕਰ ਰਿਹਾ ਕਹਿੰਦੇ ਤੂੰ ਗੱਲਾਂ ਤਾਂ ਉਹੋ ਜਿਹੀ ਕਰ ਰਿਹਾ ਉੱਥੇ ਤੂੰ ਲੱਛਰ ਉਹ ਉਹ ਫੀਲਡ ਵੱਖਰੀ ਸਾਡੇ ਪੰਜਾਬੀਆਂ ਨੂੰ ਇਹ ਐਮੈਲਗਮੇਸ਼ਨ ਸਮਝਾਉਣਾ ਬਹੁਤ ਔਖਾ ਹੋ ਜਾਂਦਾ ਕਦੀ ਕਦੀ ਉਨ ਲੋਕੀ ਮੈਂ ਐ ਚੀਜ਼ ਕਿਉਂ ਕਰਦਾ ਉਹ ਵੱਖਰੀ ਚੀਜ਼ ਐ ਉਹ ਮੇਰਾ ਬ੍ਰੈਡ ਐਂਡ ਬਟਰ ਐ ਮੇਰਾ ਉਹਦੇ ਨਾਲ ਕੰਮ ਚੱਲਦਾ ਤੇ ਐ ਵੀ ਮੇਰਾ ਚਲੋ ਬਾਕੀ ਦੁਨੀਆਦਾਰੀ ਐ ਜੀ ਅਸੀਂ ਵੀ ਗੁਰਦੁਆਰੇ ਜਾਂਦੇ ਆ ਮੱਥਾ ਟੇਕਦੇ ਆ ਤੋ ਸਾਡਾ ਧਰਮ ਤੇ ਇਹ ਤੁਹਾਨੂੰ ਕੈਨੇਡਾ ਚ ਦੇਖਣ ਨੂੰ ਮਿਲਦਾ ਇੰਡੀਆ ਚ ਵੀ ਤੁਸੀਂ ਦੇਖਿਆ ਆਏਗਾ ਨਹੀਂ ਭਾਜੀ ਇਹ ਆਈ ਵਿਲ ਬੀ ਬਰੂਟਲੀ ਕੈਂਡੀਡ ਐਂਡ ਬਰੂਟਲੀ ਆਨਸਟ ਇੰਡੀਆ ਚ ਨਹੀਂ ਐ ਮੈਂ ਚੰਡੀਗੜ੍ਹ ਲਾਫ ਕਲੱਬ ਦੇ ਵਿੱਚ ਸ਼ੋ ਕੀਤਾ ਮੈਂ ਲੁਧਿਆਣਾ ਬ੍ਰਿਊ اسٹیਟ ਦੇ ਵਿੱਚ ਸ਼ੋ ਕੀਤਾ ਮੈਂ ਜੰਮੂ ਬਹੁ ਪਲਾਜ਼ਾ ਦੇ ਵਿੱਚ ਸ਼ੋਅ ਕੀਤਾ ਮੈਂ ਜੈਪੁਰ ਰਾਜਾ ਪਾਰਗ ਦੇ ਵਿੱਚ ਸ਼ੋਅ ਕੀਤਾ ਮੈਂ ਦਿੱਲੀ ਐਨਸੀਆਰ ਦੇ ਵਿੱਚ ਐਨ ਨੰਬਰ ਆਫ ਸ਼ੋਅਜ਼ ਕੀਤੇ ਮੈਨੂੰ ਕਿਤੇ ਕੋਈ ਕਿਸੇ ਨੇ ਇਹੋ ਜੀ ਗੱਲ ਨਹੀਂ ਪੁੱਛੀ ਨਾ ਕੋਈ ਪੁੱਛੀ ਨਾ ਕੋਈ ਗੱਲ ਕਹੀ ਪਰ ਜਦ ਮੈਂ ਕੈਨੇਡਾ ਆਇਆ ਕਿ ਮੇਰੇ ਲਾਈਕ ਲਾਸਟ ਈਅਰ ਇਨ ਮਾਰਚ ਐਂਡ ਆਈ ਵਾਸ ਅ ਸਟੈਂਡ ਅਪ ਕਮੇਡੀਅਨ ਆਲਰੇਡੀ ਬਿਕੋਜ਼ ਆਈ ਵਾਸ ਡੂਇੰਗ ਇਨ ਹਿੰਦੀ ਐਂਡ ਪੰਜਾਬੀ ਐਂਡ ਆਈ 스타ਟਡ ਡੂਇੰਗ ਇਨ ਇੰਗਲਿਸ਼ ਤੇ ਜਦੋਂ ਮੈਂ ਇੰਗਲਿਸ਼ ਦਾ ਕੀਤਾ ਤੇ ਪਹਿਲੇ ਤਾਂ ਮੈਂ ਹਿੰਦੀ ਪੰਜਾਬੀ ਮੈਂ ਕਿਹਾ ਮੈਂ ਕਰਦਾ ਤੇ ਮੈਨੂੰ ਕਿਸੇ ਨੇ ਸਪான்ਸਰ ਵੀ ਨਹੀਂ ਕੀਤਾ ਮੈਨੂੰ ਫਿਰ ਜਦੋਂ ਮੈਂ ਗੋਰਿਆ ਵਾਲੀ ਵਿੱਚ ਵੜ ਗਿਆ ਸਰਕਟ ਐ ਸਾਡਾ ਇੱਕ ਤੇ ਮੈਂ ਉੱਥੇ ਕਰਨ ਲੱਗ ਗਿਆ ਇੰਗਲਿਸ਼ ਦੇ ਵਿੱਚ ਫਿਰ ਮੈਂ ਆਈ ਆਲਵੇਸ ਬੀ ਅ ਟਰਬਲ ਤੇ ਉੱਥੇ ਇੱਕ ਰੈਕਗਨਿਸ਼ਨ ਮਿਲਲੀ ਫਿਰ ਉੱਥੇ ਜਿਹੜੇ ਲੋਕੀ ਆਏ ਪਰ ਇੱਥੇ ਮੈਨੂੰ ਪੁੱਛਿਆ ਵੀ ਤੁਸੀਂ ਕੌਣ ਹੈ ਤੇਰਾ ਨਾਮ ਕੀ ਹੈਗਾ ਜਾਂ ਜਿਹੜੇ ਗੋਰਿਆ ਦਾ ਸਰਕਟ ਇੱਕ ਬਣਾਇਆ ਹੋਇਆ ਸੀ ਕਮੇਡੀਅਨਸ ਦਾ ਉਹਨਾਂ ਨੇ ਮੁੱਲ ਪਾਇਆ ਉਹਨਾਂ ਨੇ ਮੁੱਲ ਪਾਇਆ ਭਾਜੀ ਉਹ ਤਾਂ ਮਤਲਬ ਹੁਣ ਮੈਂ ਇੱਧਰ ਆ ਰਿਹਾ ਸੀ ਤੇ 에ਅਰਪੋਰਟ ਤੇ ਮੈਨੂੰ ਇੱਕ ਮੇਰੀ ਫੈਲੋ ਕੰਪੈਨੀਅਨ ਮਿਲ ਗਈ ਹਰ ਨੇਮ ਇਜ਼ ਨੀਨਾ ਬਿਲਡਰ ਉਹ ਇੱਥੇ ਕੈਲਗਰੀ ਰਹਿੰਦੀ ਆ ਤਾਂ ਮੈਨੂੰ ਦੂਰੋਂ ਮਿਲੀ ਐਂਡ ਸੀ ਵਾਸ ਕਹਿੰਦੀ ਬਿਕਾਜ਼ ਅਸੀਂ ਕਿ ਜਿਵੇਂ ਤੁਸੀਂ ਰੈਡ ਐਫਐਮ ਦੇ EMPLOYEE ਹੋ ਮੈਂ ਹਾਂਗਾ ਤੇ ਅਸੀਂ ਕੋਈ EMPLOYEE ਹੋਗੇ ਉਹ ਆਰਟਿਸਟ ਹੈਗੀ ਸੀ ਮੇਰੇ ਨਾਲ ਅਸੀਂ ਓਪਨ ਕਰਦੀ ਸੀ ਐਂਡ ਅ ਕੋਮੀਡੀਅਨ ਸਟੈਂਡ ਅਪ ਕੋਮੀਡੀਅਨ ਐਂਡ ਵੀ ਵਰ ਲਾਈਕ ਹੈਵਿੰਗ ਅ ਗਾਲਾ ਟਾਈਮ ਵੀ ਸਪੈਂਡ ਲਾਈਕ ਅਸੀਂ ਕਹਿੰਦੀ ਬਾਤ ਐ ਵੀ ਕਹਿੰਦੀ ਕਿ ਫਲਾਈਟ 50 ਮਿੰਟ ਦੀ ਸੀਗੀ ਘੰਟੇ ਦੀ ਕਹਿੰਦੀ ਵੀ ਛੋਟੀ ਫਲਾਈਟ ਹੈ ਨਹੀਂ ਤਾਂ ਅਸੀਂ ਇਕੱਠੇ ਬਹਿ ਜਾਂਦੇ ਸੀਟ ਐਕਸਚੇਂਜ ਕਰਕੇ ਤੇ ਦੇ ਆਰ ਵੈਰੀ ਐਪਰੀਸ਼ੀਏਟਿਵ ਪਰ ਸਾਡੇ ਬੰਦੇ ਚਲੋ ਥੋੜਾ ਟਾਈਮ ਲੱਗੂਗਾ ਪਰ ਐਕਸੈਪਟੈਂਸ ਲੱਗਦਾ ਵੀ ਚੇਂਜ ਆ ਰਹੀ ਹੈ ਜਾਂ ਚੇਂਜ ਆ ਜੂਗੀ ਪਾਜੀ ਮੈਂ ਥੋੜੇ ਦਿਨ ਪਹਿਲੇ ਮੈਂ ਇੱਥੇ ਜਿਵੇਂ ਅੱਜ ਮੇਰਾ ਕੈਲਗਰੀ ਸ਼ੋ ਹੋਇਆਗਾ ਤੇ ਮੈਨੂੰ ਇੱਕ ਮੁੰਡਾ ਹੈ ਪੰਜਾਬੀ ਉਹ ਪੱਗ ਬੰਦਾ ਕੋਈ ਮੈਨੂੰ ਸੁਖ ਗਰੇਵਾਲ ਕਰਕੇ ਨਾਏ ਮੈਂ ਵੀ ਅੰਗ ਸੁਖ ਤਾਂ ਪੱਕਾ ਸ਼ਾਇਦ ਲਾਸਟ ਮੈਨੂੰ ਨਹੀਂ ਪਤਾ ਤੇ ਉਹਨਾਂ ਮੈਨੂੰ ਮੈਸੇਜ ਆਇਆ ਕਹਿੰਦਾ ਪਾਜੀ ਮੈਂ ਤੁਹਾਡੇ ਸ਼ੋ 'ਚ ਵੀ ਆ ਰਿਹਾ ਤੇ ਮੈਂ ਸਟੈਂਡ ਅਪ ਕਾਮੇਡੀ ਕਰਦਾ ਮੈਂ ਗੋਰੀਆ 'ਚ ਕਰਦਾ ਤੇ ਮੈਂ ਉਹਦੀ ਵੀਡੀਓ ਦੇਖੀ ਮੈਂ ਕਹਾ ਵੀ ਬਹੁਤ ਵਧੀਆ ਲੱਗਿਆ ਵੀ ਮੇਰੇ ਇਲਾਵਾ ਵੀ ਕੋਈ ਆ ਰਿਹਾ ਕਿਉਂਕਿ ਟੀਮ ਵੱਡਦੀ ਹੈ ਕਨੂੰ ਆਇਡੈਂ ਔਰ ਮੈਨੂੰ ਲੱਗਿਆ ਆਮ ਦਾ ਓਨਲੀ ਵਨ ਤੇ ਸੱਚ ਹੈ ਸੀਗਾ ਮੈਂ BC ਦਾ ਆ ਜਾਂਦਾ ਓਨਲੀ ਟਰਬਿਨੇਟ ਕਮੇਡੀਅਨ ਆਫ BC ਐਂਡ ਉਹ ਅਲਬਰਟਾ ਦਾ ਇਕੱਲਾ ਹੀ ਹੈਗਾ ਬਟ ਹੀ ਇਜ਼ ਆਲਸੋ ਡੂਇੰਗ ਵੈਰੀ ਗੁੱਡ ਐਂਡ ਆਮ ਆਮ ਹੋਪਫੁਲ ਕਿ ਹੌਲੀ ਹੌਲੀ ਸਾਡੀ ਨਿਊ ਜਨਰੇਸ਼ਨ 'ਚ ਚੇਂਜ ਹੈ ਜਿਹੜੇ ਥੋੜੇ ਜਿਹਾ ਇਗਨੋਰੈਂਟ ਹੈਗੇ ਨੇ ਉਹਨਾਂ ਨੂੰ ਵੀ ਹੌਲੀ ਹੌਲੀ ਹੋ ਜਾਏਗਾ ਕੋਈ ਗੱਲ ਨਹੀਂ ਕਿਉਂਕਿ ਇੰਡੀਆ ਦੇ ਸਟੈਂਡ-ਅਪ ਕਮੇਡੀਅਨਸ ਤਾਂ ਜੇ ਕਿਸੇ ਦੀ ਵੀ ਗੱਲ ਕਰ ਲੋ ਬਹੁਤ ਵੱਡੇ ਪੱਧਰ ਤੇ ਵਰਲਡ ਲੈਵਲ ਤੇ ਛਾ ਰਹੇ ਯੈਸ ਯੈਸ ਇੰਟਰਨੈਸ਼ਨਲ ਟੂਰਸ ਹੋ ਰਹੇ ਚਾਹੇ ਉਹ ਯੂਰਪ ਚ ਲਾ ਲੋ ਨਾਰਥ ਅਮਰੀਕਾ ਚ ਲਾ ਲੋ ਤੇ ਉਹ ਤਾਂ ਆਪਣੇ ਆਪ ਚ ਬਹੁਤ ਵੱਡੇ ਬੰਦੇ ਸਲੈਬ੍ਰਿਟੀਜ਼ ਕਹਿ ਲੋ ਵੀ ਆਪਣੇ ਇੱਕ ਤਰ੍ਹਾਂ ਆਪਣੇ ਆਪ ਸਲੈਬ੍ਰਿਟੀਜ਼ ਨੇ ਬਿਲਕੁਲ ਬਿਲਕੁਲ ਤੇ ਪਰ ਕਿਉਂਕਿ ਮੈਂ ਤਾਂ ਕਹਿ ਰਿਹਾ ਕਿਉਂਕਿ ਇੰਡੀਆ ਚ ਕਿਹਾ ਜਾਂਦਾ ਵੀ ਉੱਥੇ ਤਾਂ ਸੋਚ ਠੀਕ ਨਹੀਂ ਹੈਗੀ ਜਾਂ ਉਹ ਮਾੜੀ ਹੈ ਤੇ ਕੈਨੇਡਾ ਚ ਇੱਥੇ ਆ ਕੇ ਤੁਹਾਨੂੰ ਉੱਠਾ ਪੁੱਠਾ ਮਹਿਸੂਸ ਹੋ ਰਿਹਾ ਭਾਜੀ ਦੇਖੋ ਆਈ ਵਾਸ ਐਸਟ੍ਰੋਲੋਜੀ ਜਦੋਂ ਆਪਾਂ ਇੰਡੀਆ ਤੋਂ ਫਲੈਟ ਲੈਣੇ ਆ ਨਾ ਤਾਂ ਘਰ ਦੇ ਨੂੰ ਕਹਿੰਦਾ ਕੈਨੇਡਾ ਚੱਲੇ ਆ ਵੀ ਹੁਣ ਸਾਡੀ ਸੋਚ ਬਦਲ ਜੇਗੀ ਤੇ ਬੜਾ ਕੁਝ ਬਦਲ ਜਾਏਗਾ ਪਰ ਕਈ ਵਾਰੀ ਇੱਥੇ ਆ ਕੇ ਤੁਹਾਨੂੰ ਲੱਗਦਾ ਕਿ ਇੱਥੇ ਪੀਪਲ ਆ ਟਾਈਮ ਫਰੋਜ਼ਨ ਉਹ ਜਿੱਥੇ ਸੰਨ 70 80 ਸਾਡੇ ਦੇ ਵਿੱਚ ਛੱਡ ਕੇ ਆਏ ਸੀਗੇ ਉਹ ਹਲੇ ਵੀ ਉਸੇ ਪੈਰਾਮੀਟਰ ਸੇ ਲੋਕਾਂ ਨੂੰ ਪੁੱਛਦੇ ਨੇ ਪਰ ਜਿਹੜਾ ਮੇਰੇ ਵਰਗਾ ਨਿਊ ਇਮੀਗਰੈਂਟ ਹੈ ਉਹਨਾਂ ਚੀਜ਼ਾਂ ਤਾਂ ਅਸੀਂ ਤਾਂ ਕਦੀ ਪਰਵਾਹ ਨਹੀਂ ਕੀਤੀ ਹੁਣ ਤੁਹਾਡਾ ਨਾਂ ਜੋ ਵੀ ਹੈਗਾ ਤੁਹਾਡੇ ਪਿੱਛੇ ਸੰਧੂ ਹੋਏ ਜਾਂ ਸੇਠੀ ਹੋਏ ਜਾਂ ਗਰੇਵਾਲ ਹੋਏ ਜਾਂ ਸ਼ਰਮਾ ਡਸਨਟ ਮੈਟਰ ਟੂ ਮੀ ਮੇਰੇ ਵਾਸਤੇ ਤੁਸੀਂ ਵਧੀਆ ਬੰਦੇ ਹੋ ਜੇ ਤੁਸੀਂ ਮੈਨੂੰ ਇੱਜ਼ਤ ਦੇ ਰਹੇ ਮੈਂ ਤੁਹਾਨੂੰ ਇੱਜ਼ਤ ਦੂੰਗਾ ਐ ਸਿੰਪਲ ਐਜ਼ ਥੈਟ ਹੂੰ ਦੇਸ਼ ਦਾ ਕਸੂਰ ਨਹੀਂ ਪੰਜਾਬੀਆਂ ਦੀ ਕਹ ਲੋ ਜਾਂ ਵੈਸੇ ਓਵਰ ਕਮਿਊਨਿਟੀ ਥੋੜੀ ਸੋਚ ਬਦਲਣ ਦੀ ਲੋੜ ਹੈ ਵੀ ਜੇ ਮੇਨਸਟ੍ਰੀਮ ਤੋਂ ਹਟ ਕੇ ਜੇ ਕੋਈ ਕੁਝ ਕਰਦਾ ਜੀ ਉਹਦਾ ਸਪੋਰਟ ਕਰਿਆ ਜਾਵੇ ਆਈ ਥਿੰਕ ਭਾਈ ਦੇਖੋ ਉਹ ਗੱਲ ਹੋਈ ਹੈਗੀ ਤੁਸੀਂ ਇੰਟਰਵਿਊ ਸ਼ੁਰੂ ਕਰਨ ਵਾਲੇ ਕਰਨ ਤੋਂ ਪਹਿਲਾਂ ਕਿਹਾ ਵੀ ਸਾਨੂੰ ਜੇ ਬਾਹਰਲੇ ਸਪੋਰਟ ਕਰ ਰਿਹਾ ਪਰ ਜੇ ਘਰ ਦੇ ਕਰਨ ਤਾਂ ਗੱਲ ਕਿੱਥੇ ਪਹੁੰਚ ਜਾਂਦੀ ਹੈ ਪਰ ਉਹ ਰਣਜੀਤ ਪਾਵੇ ਨੇ ਇੱਕ ਗੱਲ ਕਹੀ ਸੀ ਬੜੀ ਸੋਹਣੀ ਵੀ ਜੀਉਂਦਿਆਂ ਨੂੰ ਡਾਂਗਾ ਤੇ ਮਰੀਆਂ ਨੂੰ ਬਾਂਗਾ ਉਹਨੇ ਗੱਲ ਕਹੀ ਸੀ ਵੀ ਜਿਸ ਵੇਲੇ ਬੰਦਾ ਸਿੱਧੂ ਮੂਸੇ ਵਾਲਾ ਵੀ ਜੀਂਦਾ ਸੀ ਤਾਂ ਉਹਦੀ ਪਬਲਿਸਿਟੀ ਇੰਨੀ ਨਹੀਂ ਸੀ ਕਿ ਹੁਣ ਜਦੋਂ ਚਲਾ ਗਿਆ ਤਾਂ ਗਾਣੇ ਜ਼ਿਆਦਾ ਚੱਲ ਰਹੇ ਨੇ ਹੁਣ ਲੋਕੀ ਕੈਂਡਲ ਮਾਰਚ ਕਰ ਰਹੇ ਨੇ ਪਰ ਜਦੋਂ ਜੀਉਂਦੇ ਸੀ ਤਾਂ ਕਹਿੰਦੇ ਸੀ ਹੋ ਸਕਦਾ ਉਹਦੇ 'ਚ ਮੈਂ ਵੀ ਇਨਵੋਲਵ ਹੋਵਾਂ ਹੁਣ ਮੈਂ ਜਦੋਂ ਗਾਣੇ ਪਲੇ ਕਰਦਾ ਉਹਦੇ ਮੇਰੇ ਰੇਡੀਓ ਸਟੇਸ਼ਨ ਤੇ ਤੇ ਰਿਕੁਐਸਟਾਂ ਜ਼ਿਆਦਾ ਆਉਂਦੀ ਐ। ਪਹਿਲੇ ਨਹੀਂ ਆਉਂਦੀਆਂ ਸੀ। ਤੇ ਅੱਜ ਅਸੀਂ ਤੁਹਾਡੇ ਵਿੱਚ ਵਿਚਰਦੇ ਆ ਠੀਕ ਐ ਸਾਡਾ ਕੀਤਾ ਹੈਗਾ ਜੋ ਵੀ ਹੈਗਾ। ਸਾਨੂੰ ਅਸੀਂ ਤਾਂ ਆਪਣਾ ਕੰਮ ਕਰੀ ਜਾਣਾ। ਪਰ ਜੇ ਕਹਿੰਦੇ ਨੇ ਜੇ ਭਰਾ ਨਾਲ ਖੜਾ ਹੋਏ ਨਾ ਤਾਂ ਪਾਵਰ ਹੋਰ ਹੁੰਦੀ ਐ। ਤਾਂ ਮੈਂ ਵੀ ਤੁਸੀਂ ਕਹਿ ਰਹੇ ਹੋ ਕਮਿਊਨਿਟੀ ਜੇ ਤੁਹਾਡੀ ਸਪੋਰਟ ਕਰੇ ਤੁਹਾਡੇ ਪਿੱਛੇ ਲੱਗੇ ਤਾਂ ਤੁਸੀਂ ਹੋਰ ਨਹੀਂ ਮੈਂ ਭਾਜੀ ਪਿੱਛੇ ਲੱਗਣਾ ਨਹੀਂ ਕਹਿੰਦਾ। ਦੇਖੋ ਜੇ ਮੇਰੇ 'ਚ ਟੈਲੈਂਟ ਹੋਏਗਾ ਤਾਂ ਮੈਂ ਮੈਂ ਉਹ ਆਪਾਂ ਐਲੀ ਕੋਈ ਮਰਜ਼ੀ ਨਹੀਂ ਚਾਹੀਦੀ ਸਾਨੂੰ। ਸਾਨੂੰ ਮਰਸੀ ਵੀ ਨਹੀਂ ਚਾਹੀਦੀ ਸਾਨੂੰ ਵਿਤ ਕਰਾ ਵੀ ਨਹੀਂ ਚਾਹੀਦਾ ਸਾਨੂੰ ਕਾਸਟਿਜ਼ਮ ਵੀ ਨਹੀਂ ਚਾਹੀਦਾ ਸਾਨੂੰ ਮਾਜਾ ਮਾਲਵਾ ਦੁਆਬੇ ਦਾ ਜਿਹੜਾ ਵਖਰੇਵਾ ਹੈ ਉਹ ਵੀ ਨਹੀਂ ਚਾਹੀਦਾ ਸਾਨੂੰ ਜਿਹੜੀ ਬੋਲੀ ਦੇ ਡਾਇਲੈਕਟ ਦੇ ਆਧਾਰ ਤੇ ਕੋਈ ਜਵਾਕ ਕਹਿੰਦਾ ਕੋਈ ਨਿਆਣੇ ਕਹਿੰਦਾ ਕੋਈ ਪਰਛੀਆ ਕਹਿੰਦਾ ਕੋਈ ਖੁੱਲੇ ਕਹਿੰਦਾ ਉਹਦੇ ਨਾਲ ਕੀ ਫਰਕ ਪੈ ਚੱਲਿਆ ਮੇਰਾ ਤਾਂ ਮੇਰੀ ਤਾਂ ਆਪਦੀ ਪੰਜਾਬੀ ਹੋ ਜੀਏ ਮੇਰਾ ਤਾਂ ਸਾਰਾ ਰਲ ਗੱਟ ਹੋਇਆ ਮੈਂ ਤਾਂ ਬੜੀ ਵਾਰ ਕੇ ਨਫਤੇਗੜ ਚੂੜੀਆ ਤੋਂ ਫਤਿਹਗੜ ਸਾਹਿਬ ਤੱਕ ਕੋਰਾਲੀ ਮੋਹਾੜੀ ਤੋਂ ਲਹਿੰਦੇ ਪੰਜਾਬ ਤੱਕ ਇਲਾਕਾ ਕੋਈ ਨਹੀਂ ਛੱਡਿਆ ਸਾਰੇ ਪਾਸੇ ਫਿਰਿਆ ਮੈਂ ਮੇਰਾ ਤਾਂ ਰਲਗੱਠ ਹੋਇਆ ਸਾਰਾ ਹੀ ਮੈਂ ਦਿੱਲੀ ਵੀ ਰਿਆ ਆਈ ਵਾਸ ਲਾਈਕ ਬੌਰਨ ਅ ਰੇਜਡ ਇਨ ਦਿੱਲੀ ਬਟ ਬੇਸਿਕਲੀ ਪੰਜਾਬੀ ਯੂਰ ਫਰਮ ਪੰਜਾਬ ਯੂਰ ਆਲਵੇਸ ਫਰਮ ਪੰਜਾਬ ਤੇ ਭਾਸ਼ਾ ਦੇ ਆਧਾਰ ਤੇ ਡਾਇਲੈਕਟ ਦੇ ਆਧਾਰ ਤੇ ਕਾਸਟ ਦੇ ਆਧਾਰ ਤੇ ਤੁਹਾਡੀ ਪੱਗ ਦੇ ਸਟਾਈਲ ਦੇ ਆਧਾਰ ਤੇ ਇਹਨਾਂ ਚੀਜ਼ਾਂ ਦੇ ਆਧਾਰ ਤੇ ਜੇ ਤੁਸੀਂ ਆਪਣੇ ਨੂੰ ਜੇ ਆਪਣੇ ਵਾਲੇ ਹੀ ਤੁਸੀਂ ਨਖੇੜ ਰਹੇ ਹੋ ਤਾਂ ਫਿਰ ਫਿਰ ਕਾ ਦੇਖੂਗਾ ਖਾਦੀ ਅਜ ਪਈ ਗੱਲਾਂ ਫਿਰ ਫਾਇਦਾ ਕੀ ਹੈ ਬਾਜੀ ਬਹੁਤ ਬਹੁਤ ਧੰਨਵਾਦ ਕਰਨ ਵਾਸਤੇ ਆਪਣਾ ਸਮਾਂ ਦੇਣ ਵਾਸਤੇ ਥੈਂਕ ਯੂ ਤੇ ਅੱਜ ਇੱਕ ਮੀਟਿੰਗ ਕੋਲੀ ਜੀ ਜਿਨ੍ਹਾਂ ਨੇ ਦੱਸਿਆ ਵੀ ਏਕੇ ਚੀਜ਼ ਬਰਕਤ ਹੈ ਇੱਕ ਸਨੇਹਾ ਦਿੱਤਾ ਹੋਣੇ ਸਾਰੇ ਲੋਕਾਂ ਨੂੰ ਵੀ ਜੇ ਏਕਾ ਰੱਖੋਗੇ ਤਾਂ ਬਰਕਤ ਵੀ ਹੋਊਗੀ ਅੱਜ ਕੱਲ ਗਲੋਬਲਾਈਜੇਸ਼ਨ ਹੈ ਬਹੁਤ ਜ਼ਿਆਦਾ ਡਾਇਵਰਸ ਤਰੀਕੇ ਨਾਲ ਆਪਣੇ ਲੋਕ ਜਿਹੜੇ ਹੈਗੇ ਆ ਵੱਖ-ਵੱਖ ਕਿਤੇ ਫੜ ਕੇ ਕਮਿਊਨਿਟੀ ਦਾ ਨਾਮ ਅੱਗੇ ਲੈ ਕੇ ਜਾ ਰਹੇ ਨੇ ਇੱਕ ਆਈਡੈਂਟੀਟੀ ਨੂੰ ਅੱਗੇ ਲੈ ਕੇ ਜਾ ਰਹੇ ਨੇ ਤਾਂ ਪਰ ਜਦੋਂ ਕਮਿਊਨਿਟੀ ਵੱਲੋਂ ਕਹਿ ਲੋ ਜਾਂ ਓਵਰਆਲ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਆਈਸੋਲੇਸ਼ਨ ਹੋ ਜਾਂਦੀ ਹੈ ਜਾਂ ਇਗਨੋਰ ਹੋ ਜਾਂਦੇ ਨੇ ਉਹਨਾਂ ਨੂੰ ਮੁੱਲ ਨਹੀਂ ਪੈਂਦਾ ਤਾਂ ਕਿਤਨਾ ਕਿਤੇ ਦੁੱਖ ਵੀ ਲੱਗਦਾ ਉਹਨਾਂ ਨੂੰ ਨਿਰਾਸ਼ਾ ਵੀ ਹੁੰਦੀ ਹੈ ਇਹ ਸਾਰਿਆਂ ਦੇ ਅੱਗੇ ਇੱਕ ਬਹੁਤ ਵੱਡਾ ਸਵਾਲ ਹੈ ਜਿਸ ਦੇ ਜਵਾਬ ਵੀ ਸਾਡੇ ਆਪਣੇ ਕੋਲ ਨੇ ਸਾਨੂੰ ਆਪਣੇ ਆਪ ਨੂੰ ਸੁਧਾਰਨਾ ਪੈਣਾ ਆਪਣੀ ਸੋਚ ਬਦਲਣੀ ਪੈਣੀ ਹੈ ਪ੍ਰੋਗਰੈਸਿਵ ਸੋਚ ਰੱਖਣੀ ਪੈਣੀ ਹੈ